ਇੱਕ ਗੁਆਂਢੀ ਦੇ ਵੱਲੋਂ ਹੀ ਦੂਜੇ ਗੁਆਂਢੀ ਦੇ ਉੱਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇੱਕ ਗੁਆਂਢੀ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਲੈ ਕੇ ਆਉਂਦਾ ਹੈ ਤੇ ਦੂਜੇ ਗੁਆਂਢੀ ਦਾ ਜੋ ਬੰਦ ਦਰਵਾਜ਼ਾ ਹੁੰਦਾ ਉਸ ਨੂੰ ਭੰਨ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਸਦੇ ਘਰ ਦੇ ਉੱਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਤੇ ਸਾਰੀ ਹੀ ਘਟਨਾ ਕੋਲ ਲੱਗੇ ਇੱਕ ਸੀਸੀਟੀਵੀ ਕੈਮਰੇ 'ਚ ਕੈਦ ਵੀ ਹੋ ਗਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਦਮਾਸ਼ ਜਦੋਂ ਗਲੀ ਦੇ ਵਿੱਚ ਐਂਟਰ ਕਰਦੇ ਨੇ ਲਾਠੀ ਡੰਡੇ ਉਹਨਾਂ ਦੇ ਕੋਲ ਹੁੰਦੇ ਨੇ ਤੇ ਨਾਲ ਹੀ ਦੋ ਕ੍ਰੇਟ ਵੀ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕੱਚ ਦੀਆਂ ਬੋਤਲਾਂ ਅਤੇ ਇੱਟਾਂ ਰੋੜੇ ਰੱਖੇ ਹੋਏ ਨੇ। ਆਉਂਦੇ ਸਾਰ ਹੀ ਘਰ ਦੇ ਉੱਤੇ ਤਾਬੜ ਤੋੜ ਹਮਲਾ ਕਰ ਦਿੱਤਾ ਜਾਂਦਾ, ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਤੇ ਘਰ ਦੇ ਬਾਹਰ ਖੜਾ ਬਾਈਕ ਵੀ ਭੰਨ ਦਿੱਤਾ ਜਾਂਦਾ। ਇਸ ਸਭ ਘਟਨਾ ਤੋਂ ਬਾਅਦ ਦੁਖੀ ਹੋਏ ਗੁਆਂਢੀ ਦੇ ਵੱਲੋਂ ਹੁਣ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਗੁਆਂਢੀ ਆਪਸ ਦੇ ਵਿੱਚ ਲੜ ਪਏ ਨੇ, ਪੁਰਾਣੀ ਰੰਜਿਸ਼ ਇਹਨਾਂ ਦੇ ਵਿਚਕਾਰ ਚੱਲੀ ਆ ਰਹੀ ਹੈ ਤੇ ਇੱਕ ਗੁਆਂਢੀ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਨਾਲ ਲੈ ਕੇ ਦੂਸਰੇ ਗੁਆਂਢੀ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਲਾਠੀ ਡੰਡਿਆਂ ਦੇ ਨਾਲ ਉਸਦੇ ਗੇਟ ਦੀ ਭੰਨ ਤੋੜ ਕੀਤੀ ਗਈ ਹੈ ਤੇ ਘਰ ਦੇ ਬਾਹਰ ਖੜਾ ਬਾਈਕ ਵੀ ਤੋੜ ਦਿੱਤਾ ਗਿਆ ਤੇ ਇਹ ਸਾਰੀ ਹੀ ਘਟਨਾ ਕੋਲ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ। ਮਾਮਲਾ ਸਰ ਇਹ ਹੈ ਕਿ ਸਾਡਾ ਗਵਾਂਢ ਮੱਠਾ ਹੈਗਾ, ਸਾਡੇ ਨਾਲ ਖੁੰਡਾ ਖਾਂਦਾ ਆ ਜੀ। ਹਰੇਕ ਵਾਰੀ ਬੋਤਲਾਂ ਤੋੜ ਗਿਆ, ਹੁਣ ਇਸ ਵੇਲੇ ਬੋਤਲਾਂ ਤੋੜ ਗਿਆ, ਕਦੀ ਸਾਡੇ ਗੱਡੀਆਂ ਤੋੜ ਜਾਂਦਾ, ਕਦੀ ਕੁਛ ਕਰ ਜਾਂਦਾ, ਕਦੀ ਧਮਕਿਆ ਦਿੰਦਾ ਫੋਨਾਂ 'ਤੇ। ਅਤੇ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਇਹਨਾਂ ਦੇ ਨਾਲ? ਰੰਜਿਸ਼ ਕੋਈ ਨਹੀਂ ਹੈਗੀ, ਬਸ ਇਹੀ ਹੈ ਕਿ ਆਂਢ ਗੁਆਂਢ ਹੈਗਾ, ਬਸ ਖੁੰਡਾ ਖਾਂਦਾ ਸੀ, ਬੁਲਾਣਾ ਬੁਲਾ ਸਾਡੇ ਬੁਲਾਉਂਦੇ ਨੇ। ਨਾਮ ਕੀ ਹੈ ਉਹਨਾਂ ਦਾ? ਲੱਕੀ ਠਾਕੁਰ। ਹੋਰ ਕੌਣ? ਲੱਕੀ ਠਾਕੁਰ, ਮਨਮੋਹਨ ਲਾਲ, ਸੋਨੂ ਉਹ ਨਾਮ ਛੋਟਾ, ਲਵਲੀ ਠਾਕੁਰ, ਵਿਸ਼ਾਲ, ਇੱਕ ਬੋਂਗਾ ਹੈਗਾ, ਔਰ ਅਣਪਛਾਣ ਦੇ ਮੁੰਡੇ ਹੈਗੇ ਸੀ, 20-25 ਜਣੇ ਹੈਗੇ ਸੀ। ਪ੍ਰਸ਼ਾਸਨ ਕੋਲ ਕੀ ਮੰਗ ਕਰਨਾ ਚਾਹੁੰਦੇ ਹੋ? ਪ੍ਰਸ਼ਾਸਨ ਕੋਲ ਇਹੀ ਮੰਗ ਕਰਨਾ ਚਾਹੁੰਦਾ, ਅਸੀਂ 3-4 ਪਰਚੇ ਦੇ ਤੇ ਜੀ, ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ, ਬਸ ਉਹ ਫੜਿਆ ਹੀ ਨਹੀਂ ਜਾਂਦਾ ਉਹਨਾਂ ਕੋਲੋਂ, ਬਸ ਇਹੀ ਕਹਿੰਦੇ ਅਸੀਂ ਲੋਕੇਸ਼ਨ ਚੱਕੀ ਆ, ਲੋਕੇਸ਼ਨ ਚੱਕੀ ਆ, ਬਸ ਇਹੀ ਕਰਦੇ ਪਏ ਬਸ। ਰਹਿਣ ਵਾਲੇ ਇੱਥੇ, ਰਹਿਣ ਵਾਲੇ ਇੱਥੇ ਮੁਹੱਲੇ ਦੇ ਹੀ ਨੇ? ਹਾਂਜੀ ਇਹ ਮੁਹੱਲੇ ਦੇ ਹੀ ਆ, ਰਹਿਣ ਵਾਲੇ ਇੱਥੇ ਦੇ ਆ, ਉਹਦਾ ਪਿੱਛੋਂ ਉੱਥੇ ਦੇ ਆ, ਹਿਮਾਚਲ ਦੇ ਮਖਦੂਮਪੁਰ 'ਚ। ਅਸੀਂ ਇੱਥੇ ਆਏ ਹਾਂ ਅਤੇ ਜੀਵਨ ਲਾਲ ਨੇ ਦਿੱਤੀ ਹੈ ਦਰਖਾਸਤ, ਇਹਦਾ ਲੱਕੀ ਠਾਕਰ ਆ, ਇੱਕ ਸੋਨੂ ਆ, ਇੱਕ ਮਨਮੋਹਨ ਲਾਲ ਆ, ਇੱਕ ਵਿਸ਼ਾਲ ਆ, ਇਹਦੇ ਨਾਲ ਹੋਰ ਹੈਗੇ ਸੀ 3-4 ਬੰਦੇ। ਅਤੇ ਪਹਿਲਾਂ ਆਪਸ ਵਿੱਚ ਇਹਨਾਂ ਦੀ ਯਾਰੀ ਦੋਸਤੀ ਹੈਗੀ ਸੀ, ਬਾਅਦ ਵਿੱਚ ਇਹਨਾਂ ਦਾ ਮਨਮਾਪ ਹੋ ਗਿਆ। ਸਰ ਇਹ ਜਿਹੜੀਆਂ ਬੋਤਲਾਂ ਚੱਲੀਆਂ ਨੇ ਇੱਥੇ ਪੂਰੇ ਮੁਹੱਲੇ ਦੇ ਵਿੱਚ, ਅਤੇ ਬੰਦੇ ਕੋਈ ਅਰੈਸਟ ਕੀਤੇ ਗਏ? ਭੱਜ ਗਏ ਨੇ ਬੰਦੇ ਮੌਕੇ ਤੋਂ। ਕੋਈ ਸੀਸੀ ਫੁਟੇਜ ਮਿਲੀ ਇਹਨਾਂ ਦੀ? ਲਈ ਹੈ ਛੁੱਟੀ। ਤਾਂ ਸਰ ਕਾਰਵਾਈ ਜਿਹੜੀ ਹੁਣ ਕੀ ਕਰੋਗੇ ਤੁਸੀਂ ਇਸ ਬਾਰੇ? ਦਰਖਾਸਤ ਲੈ ਲਈ ਆ। ਇੱਕ ਗੁਆਂਢੀ ਦੇ ਵੱਲੋਂ ਹੀ ਦੂਜੇ ਗੁਆਂਢੀ ਦੇ ਉੱਤੇ ਹਮਲਾ ਕੀਤਾ ਗਿਆ। ਦੱਸ ਦਈਏ ਕਿ ਇੱਕ ਗੁਆਂਢੀ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਲੈ ਕੇ ਆਉਂਦਾ ਹੈ ਤੇ ਦੂਜੇ ਗੁਆਂਢੀ ਦਾ ਜੋ ਬੰਦ ਦਰਵਾਜ਼ਾ ਹੁੰਦਾ ਉਸ ਨੂੰ ਭੰਨ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਸਦੇ ਘਰ ਦੇ ਉੱਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਤੇ ਸਾਰੀ ਹੀ ਘਟਨਾ ਕੋਲ ਲੱਗੇ ਇੱਕ ਸੀਸੀਟੀਵੀ ਕੈਮਰੇ 'ਚ ਕੈਦ ਵੀ ਹੋ ਗਈ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਦਮਾਸ਼ ਜਦੋਂ ਗਲੀ ਦੇ ਵਿੱਚ ਐਂਟਰ ਕਰਦੇ ਨੇ ਲਾਠੀ ਡੰਡੇ ਉਹਨਾਂ ਦੇ ਕੋਲ ਹੁੰਦੇ ਨੇ ਤੇ ਨਾਲ ਹੀ ਦੋ ਕ੍ਰੇਟ ਵੀ ਨੇ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਕੱਚ ਦੀਆਂ ਬੋਤਲਾਂ ਅਤੇ ਇੱਟਾਂ ਰੋੜੇ ਰੱਖੇ ਹੋਏ ਨੇ। ਆਉਂਦੇ ਸਾਰ ਹੀ ਘਰ ਦੇ ਉੱਤੇ ਤਾਬੜ ਤੋੜ ਹਮਲਾ ਕਰ ਦਿੱਤਾ ਜਾਂਦਾ, ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਜਾਂਦੀ ਹੈ ਤੇ ਘਰ ਦੇ ਬਾਹਰ ਖੜਾ ਬਾਈਕ ਵੀ ਭੰਨ ਦਿੱਤਾ ਜਾਂਦਾ। ਇਸ ਸਭ ਘਟਨਾ ਤੋਂ ਬਾਅਦ ਦੁਖੀ ਹੋਏ ਗੁਆਂਢੀ ਦੇ ਵੱਲੋਂ ਹੁਣ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਗੁਆਂਢੀ ਆਪਸ ਦੇ ਵਿੱਚ ਲੜ ਪਏ ਨੇ, ਪੁਰਾਣੀ ਰੰਜਿਸ਼ ਇਹਨਾਂ ਦੇ ਵਿਚਕਾਰ ਚੱਲੀ ਆ ਰਹੀ ਹੈ ਤੇ ਇੱਕ ਗੁਆਂਢੀ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਨਾਲ ਲੈ ਕੇ ਦੂਸਰੇ ਗੁਆਂਢੀ ਦੇ ਉੱਤੇ
ਹਮਲਾ ਕਰ ਦਿੱਤਾ ਗਿਆ। ਲਾਠੀ ਡੰਡਿਆਂ ਦੇ ਨਾਲ ਉਸਦੇ ਗੇਟ ਦੀ ਭੰਨਤੋੜ ਕੀਤੀ ਗਈ ਹੈ ਅਤੇ ਘਰ ਦੇ ਬਾਹਰ ਖੜ੍ਹਾ ਬਾਈਕ ਵੀ ਤੋੜ ਦਿੱਤਾ ਗਿਆ ਅਤੇ ਇਹ ਸਾਰੀ ਹੀ ਘਟਨਾ ਕੋਲ ਲੱਗੇ CCTV 'ਚ ਕੈਦ ਹੋ ਗਈ ਹੈ। ਮਾਮਲਾ ਸਰ ਇਹ ਕਿ ਸਾਡਾ ਗਵਾਂਢ ਮੱਠਾ ਹੈਗਾ ਸਾਡੇ ਨਾਲ ਖੁੰਡਾ ਖਾਂਦਾ ਆ ਜੀ। ਹਰੇਕ ਵਾਰੀ ਬੋਤਲਾਂ ਤੋੜ ਗਿਆ, ਹੁਣ ਇਸ ਵੇਲੇ ਬੋਤਲਾਂ ਤੋੜ ਗਿਆ, ਕਦੀ ਸਾਡੇ ਗੱਡੀਆਂ ਤੋੜ ਜਾਂਦਾ, ਕਦੀ ਕੁਛ ਕਰ ਜਾਂਦਾ, ਕਦੀ ਧਮਕਿਆ ਦਿੰਦਾ ਫੋਨਾਂ 'ਤੇ। ਅਤੇ ਤੁਹਾਡੀ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਇਹਨਾਂ ਦੇ ਨਾਲ? ਰੰਜਿਸ਼ ਕੋਈ ਨਹੀਂ ਹੈਗੀ, ਬਸ ਇਹੀ ਹੈ ਕਿ ਆਂਢ ਗੁਆਂਢ ਹੈਗਾ, ਬਸ ਖੁੰਡਾ ਖਾਂਦਾ ਸੀ, ਬੁਲਾਣਾ ਬੁਲਾ ਸਾਰੇ ਬੁਲਾਉਂਦੇ ਨੇ। ਨਾਮ ਕੀ ਹੈ ਉਹਨਾਂ ਦਾ? ਲੱਕੀ ਠਾਕੁਰ। ਹੋਰ ਕੌਣ? ਲੱਕੀ ਠਾਕੁਰ, ਮਨਮੋਹਨ ਲਾਲ, ਸੋਨੂ ਉਹ ਨਾਮ ਛੋਟਾ, ਲਵਲੀ ਠਾਕੁਰ, ਵਿਸ਼ਾਲ, ਇੱਕ ਬੋਂਗਾ ਹੈਗਾ, ਔਰ ਅਨਪਛਾਣ ਦੇ ਮੁੰਡੇ ਹੈਗੇ ਸੀ, 20-25 ਜਣੇ ਹੈਗੇ ਸੀ। ਬੋਤਲਾਂ ਬੋਤਲਾਂ ਕਿੰਨੇ ਕੁ ਵਜੇ ਦਾ ਟਾਈਮ ਸੀਗਾ ਜਿਹੜਾ ਹਮਲਾ ਕੀਤਾ ਉਹਨਾਂ ਨੇ? 5 ਵਜੇ ਦਾ ਟਾਈਮ ਹੈਗਾ ਜੀ। ਤਾਂ ਹੁਣ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਨਾ ਚਾਹੁੰਦੇ ਹੋ? ਪ੍ਰਸ਼ਾਸਨ ਕੋਲ ਇਹੀ ਮੰਗ ਕਰਨਾ ਚਾਹੁੰਦਾ, ਅਸੀਂ 3-4 ਪਰਚੇ ਦੇ ਤੇ ਜੀ, ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ, ਬਸ ਉਹ ਫੜਿਆ ਹੀ ਨਹੀਂ ਜਾਂਦਾ ਉਹਨਾਂ ਕੋਲੋਂ। ਬਸ ਇਹੀ ਕਹਿੰਦੇ ਅਸੀਂ, ਲੋਕੇਸ਼ਨ ਚੱਕੀ ਆ, ਲੋਕੇਸ਼ਨ ਚੱਕੀ ਆ, ਬਸ ਇਹੀ ਕਰਦੇ ਪਏ ਬਸ। ਰਹਿਣ ਵਾਲੇ ਇੱਥੇ, ਰਹਿਣ ਵਾਲੇ ਇੱਥੇ ਮੁਹੱਲੇ ਦੇ ਹੀ ਨੇ? ਹਾਂਜੀ, ਇਹ ਮੁਹੱਲੇ ਦੇ ਹੀ ਆ, ਰਹਿਣ ਵਾਲੇ ਇੱਥੇ ਦੇ ਆ, ਉਹਦਾ ਪਿੱਛੋਂ ਉੱਥੇ ਦੇ ਆ, ਹਿਮਾਚਲ ਦੇ ਮਖਦੂਮਪੁਰ 'ਚ। ਅਸੀਂ ਇੱਥੇ ਆਏ ਹਾਂ ਸਰ, ਅਤੇ ਜੀਵਨ ਲਾਲ ਨੇ ਦਿੱਤੀ ਹੈ ਦਰਖਾਸਤ, ਇਹਦਾ ਲੱਕੀ ਠਾਕਰ ਆ, ਇੱਕ ਸੋਨੂ ਆ, ਇੱਕ ਮਨਮੋਹਨ ਲਾਲ ਆ, ਇੱਕ ਵਿਸ਼ਾਲ ਆ, ਇਹਦੇ ਨਾਲ ਹੋਰ ਹੈਗੇ ਸੀ 3-4 ਬੰਦੇ। ਅਤੇ ਪਹਿਲਾਂ ਆਪਸ ਵਿੱਚ ਇਹਨਾਂ ਦੀ ਯਾਰੀ ਦੋਸਤੀ ਹੈਗੀ ਸੀ, ਬਾਅਦ ਵਿੱਚ ਇਹਨਾਂ ਦਾ ਮਨਮਾਪ ਹੋ ਗਿਆ। ਸਰ ਇਹ ਜਿਹੜੀਆਂ ਬੋਤਲਾਂ ਚੱਲੀਆਂ ਨੇ ਇੱਥੇ ਪੂਰੇ ਮੁਹੱਲੇ ਦੇ ਵਿੱਚ, ਅਤੇ ਬੰਦੇ ਕੋਈ ਅਰੈਸਟ ਕੀਤੇ ਗਏ? ਭੱਜ ਗਏ ਨੇ ਬੰਦੇ ਮੌਕੇ ਤੋਂ। ਕੋਈ CCTV ਫੁਟੇਜ ਮਿਲੀ ਇਹਨਾਂ ਦੀ? ਲਈ ਹੈ ਛੁੱਟੀ। ਤਾਂ ਸਰ ਕਾਰਵਾਈ ਜਿਹੜੀ ਹੁਣ ਕੀ ਕਰੋਗੇ ਤੁਸੀਂ ਇਸ ਬਾਰੇ? ਦਰਖਾਸਤ ਲੈ ਲਈ ਹੈ, ਦੇਖ ਲਓ।